निकला वो गड्डी लेके रस्ते पे एक मोड़ आया मैं उठे दिल छोड़ आया मैं उठे दिल छोड़ आया लो जी मियां साहब गड्डी करती साहब पानी मार इहदे टायरां ते पानी मार उथों मोटर चला के ना ते पाइप लै लै इहदे चंगी तरह जिहड़ा काले कड बरात ना गड्डी जानी है इह ठीक है ओ खालद है गड्डी लै के 45 ते 12 आहो नहीं ओह नहीं आया ओह क्यों नहीं आया हैगा यार इह कोई गल है भला समझ लगी कि नहीं इदां ते असीं रहे ते ते इक गड्डी देती सारी दिहाड़ी देखदे रहांगे ठीक है कि नहीं गड्डी हुण उहने आ जाणा यूसुफ ने उहनूं गड्डी लै के जाणी है 4 घंटे गड्डी लेट आ ਜਾਂ ਮੇਰਾ ਵੀਰ ਉਧਰ ਮਾਰੋ ਪੈਪ ਲੈ ਕੇ ਨਾ ਰਿਟਾਇਰ ਕਾਲੇ ਕਰ ਦੇ ਤੇ ਦੂਸਰੀ ਗੱਲ ਉਹ ਦੇ ਕੇ ਕਲਟਸ ਬਾਰ ਆਈ ਉਹਦੀ ਹਨੀਫ ਵਾਲੀ ਜੇ ਆਉਂਦੀ ਹੈ ਨਾ ਤੇ ਉਹ ਪ੍ਰਵੇਸ਼ ਬੈਠਾ ਹੈ ਉਹਨੂੰ ਦੇ ਦੇ ਉਹਨੂੰ ਕਹ ਲੈ ਜਾ ਇਹ ਹੱਦ ਹੋ ਗਈ ਇਹਨਾਂ ਦੀ ਯਾਰ ਇਹ ਘੰਟਾ ਲੇਟ ਹੁੰਦੀ ਗੱਡੀ 2 ਘੰਟੇ ਲੇਟ ਹੁੰਦੀ ਹੈ ਇਕੱਠੀ ਇਹਨਾਂ ਨੇ ਤਾਂ ਵਕਤ ਪਾ ਦਿੱਤਾ ਤਾਂ ਉਹ ਕੀ ਹੋਇਆ ਗੱਡੀ ਸਾਈਡ ਤੇ ਲਵਾ ਇਹਨਾਂ ਦੀ ਉਹ ਗੱਡੀ ਸਾਈਡ ਤੇ ਲਵਾ ਇੱਧਰ बरात वास्ते मैं बैठा किन्ना सजांगा मैं कहना के आ गड्डी ना तुसी ऐ ही गड्डी ना मेरे व्याह ते होनी चाहिए पानी शानी कोई बिला तकल्लुफ ओए किथे गया मुंडे ओए की खाना पीना की है जूस मंगा लो जी रात मसहरी चना बार वैसे भी ये दिन ही ऐसा शगन वाला होता है कि बंदे का नूरानी चेहरा होया होता है अल्लाह सबर दे जी तुहानू और सबर यह होंगे जो बेटा ब्याह दीए बच्चे भरा ब्याह दीए फिर जो आउंदी है ना घर वाली चंगी होवे ते मतलब इतफाक रहिंदा है ना चंगी होवे ते भरा भरा जिहड़े जुदा कर दिंदे ना ना हां मैं अल्लाह ताला इहो जिहा टाइम ना लिया होवे मेरा वीर आ नहीं भाजी आखिर जाना है और जाना आखिर चलो ये है भी जरा टाइम ना चले जाएगा इतने खजल हो के भी जाने भी अबारा मुंडे फिर दे किन्ने यार ਉਹਦੇ ਨਾਲ ਵਿਆਹ ਕਰਾ ਲੈਗਾ ਚੰਗਾ ਰਹਿ ਜਾਏਗਾ ਹਾਂ ਘਰ ਦੇ ਵਿੱਚ ਬਿਠਾ ਰਿਆ ਕਰਾਂਗਾ ਹਾਂ ਜਿਹੜਾ ਅੱਜ ਕੱਲ ਟਾਈਮ ਚੱਲਣ ਦੇ ਆ ਨਾ ਜੀ ਇਹ ਬੱਚੇ ਛੇਤੀ ਵਿਆਹਣੇ ਚਾਹੀਦੇ ਛੇਤੀ ਵਿਆਹਣੇ ਚਾਹੀਦੇ ਬਾਜੀ ਇੰਟਰਨੈਟ ਦਾ ਤੇ ਦੌਰ ਆ ਗਿਆ ਐਡੇ ਐਡੇ ਮੋਬਾਈਲ ਲੋਕਾਂ ਦੇ ਹੱਥਾਂ 'ਚ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਤੇ ਮੋਬਾਈਲਾਂ ਦੇ ਵਿੱਚ ਜੋ ਮਰਜ਼ੀ ਕੱਢ ਕੱਢ ਵੇਖੀ ਜਾਓ ਉਂਗਲੀ ਐ ਕਰਨੀ ਆ ਜੀ ਚਾਏ ਮੰਗਾਵਾਂ ਤੁਹਾਡੇ ਲਈ ਚਾਏ ਦੀ ਨਹੀਂ ਜੂਸ ਨਹੀਂ ਉਹ ਪਹਿਲੇ ਪਹਿਲੇ ਗੱਲ ਕਰ ਲਈ ਯਾਰ ਗੱਲ ਕੀਤੀ ਚੰਗੀ ਹੁੰਦੀ ਮੰਨ ਲੈ ਗੱਲ ਗੱਲ ਹੋ ਗਈ ਹੋਵੇ ਸਾਡੇ ਚ ਨਾ ਜੀ ਐਡੀ ਛੇਤੀ ਵਿਆਹ ਨਹੀਂ ਕਰਦੇ ਜਿੰਨੀ ਛੇਤੀ ਅਸੀਂ ਇਹਦਾ ਕਰਨ ਲੱਗੇ ਭਾਈ ਨਹੀਂ ਨਹੀਂ ਵਿਆਹ ਵੈਸੇ ਵਿਆਹ ਤੇ ਲਾਇਕ ਆ ਉਹ ਠੀਕ ਹੈ ਤੁਸੀਂ ਵਿਆਹ ਕਰ ਸਕਦੇ ਹੋ ਇਹ ਚ ਕੋਈ ਐਸੀ ਗੱਲ ਨਹੀਂ ਹਾਂਜੀ ਸਾਡੇ ਨਾ ਜੀ ਵਾਲ ਸਾਹਿਬ ਸਾਡੇ ਸਿਰ ਤੇ ਨਹੀਂ ਹੈਗੇ ਤਾਂ ਭਾਈ ਹੁਣ ਦੇ ਨਾਤੇ ਵੱਡਾ ਭਰਾ ਹੁਣ ਦੇ ਨਾਤੇ ਮੈਂ ਆਪ ਹੀ ਸਾਰੇ ਕੋ ਤੰਬੂਆਂ ਵਾਲੇ ਨੂੰ ਕਹਿ ਬਾਜੇ ਵਾਲਿਆਂ ਨੂੰ ਕਹਿ ਇਹ ਵੀ ਵੱਡੇ ਭਰਾ ਦੀ ਇੱਕ ਕਹਿੰਦੇ ਹੁੰਦੇ ਅੱਗੇ ਪਿਓਾਂ ਬਜਾਈ ਹੁੰਦੇ ਆ ਜੀ ਜ਼ਿੰਮੇਵਾਰੀ ਹੈ ਹਾਂਜੀ ਚਲੋ ਬਾਲਕ ਇਹਨ ਭਾਈ ਸੇ ਤੰਦਰੁਸਤੀ ਦੇਵੇ ਆਮੀਨ ਤੇ ਆਪਣੇ ਘਰ ਜੀਉਂਦੇ ਵਸਦੇ ਰਹਿ ਭਰਾ ਜੋ ਹੋਏ ਫੇ ਸਾਡੇ ਵਾਲ ਸਾਹਿਬ ਹੁੰਦੇ ਖੁਸ਼ੀਆਂ ਵੇਖਦੇ ਆਪਣੇ ਪੁੱਤ ਦੀ ਪਰ ਉਹ ਫੌਤ ਹੋਏ ਆ ਨਹੀਂ ਨਹੀਂ ਉਹ ਸਾਦਕਾ ਬਾਦ ਗਏ ਹੁਣ ਵਾਲੀ ਤੇ ਭਾਈ ਕਿਹੜੀ ਗੱਲ ਕਹਿੰਦੇ ਆਪੇ ਹੀ ਕਰੋ ਵਿਆਹ ਵੀ ਮੈਂ ਸਾਦਕਾ ਬਾਦ ਉਹ ਕਿਤੇ ਘਰ ਦੀਆਂ ਚਾਬੀਆਂ ਲੈ ਗਏ ਤੁਸੀਂ ਬਾਹਰ ਰੋੜਾ ਤੇ ਸੌਣ ਡਏ ਫੁੱਟਪਾਤਾ ਤੇ ਸੌਣ ਡਏ ਕੁੱਤੇ ਤੁਹਾਡੇ ਮੂੰਹ ਚ ਮੂੰਹ ਪਾਉਣ ਡਏ ਹੈ ਨਹੀਂ ਇਹ ਡਰ ਰੋਲਾ ਹੈ ਵੀ ਆ ਗਏ ਸਾਦਕਾ ਬਾਦ ਗਏ ਕੱਲ ਨਹੀਂ ਪਰਸੋਂ ਨੂੰ ਚੌਥ ਨੇ ਆ ਜਾਣਗੇ ਵਾਪਸ ਨਹੀਂ ਆਉਣਾ ਪਤਾ ਸਾਡੇ ਪੁੱਤਰ ਦੀ ਸ਼ਾਦੀ ਹੈ ਨਹੀਂ ਆਉਣਾ ਉਹਨਾਂ ਨੇ ਦੂਜੀ ਸ਼ਾਦੀ ਕੀਤੀ ਆ ਉੱਥੇ ਹੀ ਨਹੀਂ
ਉਹ ਰਨ ਮਰੀਦ ਹੋ ਗਏ ਨੇ ਉਹ ਕਹਿੰਦੇ ਮੈਂ ਨਹੀਂ ਆਉਣਾ ਹਾਂਜੀ ਸਾਨੂੰ ਤਾਂ ਮਾਰ ਕੇ ਗਏ ਨੇ ਸਾਨੂੰ ਕਦੋਂ ਵੇਖਣਾ ਚਾਹੁੰਦੇ ਆ ਪਰ ਦਿਨ ਦਹਾੜ ਤੇ ਯਾਦ ਆਉਂਦੇ ਨਾ 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 ਰੋਵੋ ਨਾ ਤੁਸੀਂ ਤੁਹਾਨੂੰ ਅੱਬਾ ਹੋਰ ਦੇ ਦੇ ਗੱਲ ਆ ਨਾਨਾ ਆਬੂ ਵੀ ਅੱਬਾ ਹੀ ਹੁੰਦਾ ਪੁੱਤ ਹਾਂ ਦਾਦਾ ਆਬੂ ਵੀ ਮਹਿਰਾਨ ਆ ਛੋਟੀ ਤੋਂ ਛੋਟੀ ਗੱਡੀ ਸਾਨੂੰ ਜੀ ਵੱਡੀ ਚਾਹੀਦੀ ਆ ਵੱਡੀ ਲੈਂਡ ਲੈਂਡ ਕਰੂਜ਼ਰ ਲੈ ਦੀ ਤੁਹਾਨੂੰ ਲੈਂਡ ਕਰੂਜ਼ਰ ਲੈ ਦਿਓ ਉਹ ਤੇ ਅੱਲਾ ਤੁਹਾਡੀ ਖੈਰ ਕਰੇ ਆ ਗੱਲ ਆ ਨਹੀਂ ਉਹ ਤੋਂ ਵੀ ਵੱਡੀ ਗੱਡੀ ਚਾਹੀਦੀ ਹੈ ਤੁਹਾਨੂੰ ਟ੍ਰੇਨ ਕਰਵਾ ਦਿੰਦੇ ਆ ਜਿਹਦਾ ਸੇਬ ਨੂੰ ਭਰ ਕੇ ਜਾਂਦੀ ਏਦਾਂ ਹੀ ਤੇਰੇ ਤੇਰੇ ਵਿਆਹ ਤੇ ਭਰ ਕੇ ਚਲੇ ਜਾਂਦੀ ਟ੍ਰੇਨ ਚੱਲ ਜੂਗੀ ਟ੍ਰੇਨ ਚੱਲ ਜਾਂਦੀ ਉੱਥੇ ਟ੍ਰੇਨ ਗਲੀਆਂ 'ਚ ਜਾਣੀ ਨਹੀਂ ਟ੍ਰੇਨ ਦਾ ਸ਼ੌਕ ਹੈ ਮੁੰਡੇ ਨੂੰ ਪਰ ਗਲੀਆਂ 'ਚ ਜਾਣੀ ਨਹੀਂ ਗੱਡੀ ਤੁਸੀਂ ਇੱਦਾਂ ਕਰੋ ਜੀ ਮਾਡਲ ਕਿਹੜੇ ਕਿਹੜੇ ਖਲੋਤੇ ਜੀ ਮਾਡਲ ਆਪਣੇ ਕੋਲ ਸਾਰੇ ਹੈ ਭਾਜੀ 13 14 16 17 18 23 ਤੱਕ ਮਾਡਲ ਗੱਡੀਆਂ ਖੜੀਆਂ ਹੈ ਔਰ ਗੱਡੀਆਂ ਵੀ ਮਾਸ਼ਾਅੱਲਾ ਸਾਡੀ ਸਾਡਾ ਇਹ ਰਿਕਾਰਡ ਹੈ ਇਸ ਇਲਾਕੇ 'ਚ ਅਸੀਂ ਗੱਡੀ ਦਿੰਦੇ ਸਾਫ਼ ਸੁਥਰੀ ਜਿਵੇਂ ਦੇਣੀ ਉਂਝ ਲੈਣੀ ਅਗਰ ਡਰਾਈਵਰ ਸਮੇਤ ਲਓਗੇ ਤਾਂ ਸਾਡੀ ਜ਼ਿੰਮੇਵਾਰੀ ਹੈ ਅਗਰ ਤੁਸੀਂ ਇਕੱਲੀ ਗੱਡੀ ਲੈਣੀ ਹੈ ਤਾਂ ਉਹ ਸਾਡੀ ਜੋ ਮਤਲਬ ਹੁੰਦੀ ਹੈ ਉਹਦੇ ਹਿਸਾਬ ਨਾਲ ਤੁਸੀਂ ਉਹ ਆਈ ਡੀ ਕਾਰਡ ਵਗੈਰਾ ਜੇ ਉਹ ਦੇ ਜਾਓ ਉਹ ਜ਼ਮਾਨਤੀ ਦੇ ਦਿਓ ਗੱਡੀ ਲੈ ਲਈ ਸਾਰੀਆਂ ਗੱਡੀਆਂ ਤੁਸੀਂ ਡਰਾਈਵਰ ਸਮੇਤ ਲੈ ਲਓ ਸਾਰੇ ਮੈਨੂੰ ਨੀ ਜਾਣਦੇ ਕੋਈ ਵੀ ਨੀ ਜਾਣਦਾ ਸਾਰੇ ਤੈਨੂੰ ਇੱਕ ਰੁਪਏ ਗੱਡੀ ਨੀ ਦੇਣੀ ਨਹੀਂ ਉਹ ਫਿਰ ਆਪਣੇ ਮਹੱਲਿਓਂ ਕੋਈ ਲੈ ਕੇ ਹੀ ਆਵਾਂਗੇ ਉਹਦਾ ਤੇ ਹੱਲ ਕਰ ਲਵਾਂਗੇ ਚਲੋ ਲੈ ਆਓ ਤੁਸੀਂ ਲੈ ਆਓ ਬੱਚੇ ਦੀ ਸ਼ਾਦੀ ਨਾਲ ਇਹ ਕਾਲਾ ਪੈ ਗਿਆ ਤਾਂ ਸਾਨੂੰ ਛੇਤੀ ਸ਼ਾਦੀ ਕਰਨੀ ਪੈ ਗਈ ਹੈ ਜੀ ਨਹੀਂ ਸ਼ਾਦੀ ਤੇ ਮਾਸ਼ਾਅੱਲਾ ਲਾਇਕਾ ਜਵਾਨ ਆ ਹੁਣ ਸ਼ਾਦੀ ਤੁਸੀਂ ਕਰ ਸਕਦੇ ਹਾਂਜੀ ਤੇ ਅਸੀਂ ਜੀ ਭਾਈ ਦੀ ਸ਼ਾਦੀ ਨਾਲ ਜੀ ਛੇਤੀ ਕਰਨੀ ਪੈ ਗਈ ਟਾਈਮ ਸਾਡੇ ਕੋਈ ਨਾ ਸੀ ਤੰਬੂਆਂ ਵਾਲਿਆਂ ਨੂੰ ਵੀ ਅੱਜ ਖੜੇ ਪੈਰੀ ਕਿਹਾ ਵਾ ਵਾਜੇ ਵਾਲਿਆਂ ਨੂੰ ਬੁੱਕ ਕੀਤਾ ਵਾ ਨਹੀਂ ਮਤਲਬ ਕੀ ਕੋਈ ਲੜਕੀ ਵਾਲਿਆਂ ਨੂੰ ਕੋਈ ਸ਼ਿਕਾਇਤ ਆਈ ਜਾਂ ਮਤਲਬ ਕੁੜੀ ਕਿਤੇ ਸੱਜਾ ਖੱਬਾ ਜਾਂ ਏਦਾਂ ਦਾ ਕੋਈ ਚੱਕਰ ਆ ਵੀ ਜਿਹੜਾ ਯਕਦਮ ਤੁਹਾਨੂੰ ਕਰਨਾ ਪੈ ਨਹੀਂ ਨਹੀਂ ਭਾਈ ਨੂੰ ਭੇਜਣਾ ਨਾ ਜੀ ਬਾਹਰ ਬਾਹਰ ਦੇ ਮੁਲਕ ਜਾਣਾ ਤੇ ਬਾਹਰ ਜਾ ਕੇ ਐਵੇਂ ਵਿਆਹ ਹੋਰ ਕਰ ਲਵੇ ਨਸਲੋਂ ਕਿ ਨਸਲ ਇਸ ਕਰਕੇ ਨਾ ਅਸੀਂ ਬਾਹਰ ਕਰਦੇ ਇਹ ਵੀ ਰਿਵਾਜ ਬੜੇ ਚੱਲ ਪੈ ਗਏ ਜਿਹੜਾ ਬਾਹਰ ਜਾਂਦਾ ਸ਼ਾਦੀ ਕਰ ਲੈਂਦਾ ਹਾਂਜੀ ਅਸੀਂ ਤਾਂ ਕਰਕੇ ਨਾ ਮੁੰਡੇ ਨੂੰ ਪਿੱਛੇ ਆਸ ਰਵੇ ਕਿ ਮੈਨੂੰ ਕੋਈ ਡੀਕਣ ਦੇਈ ਆ ਤਾਂ ਇਹਨੂੰ ਨਾ ਅਸੀਂ ਵਿਆਹਣ ਲੱਗੇ ਆ ਬਿਲਕੁਲ ਜੀ ਹਾਂਜੀ ਇਸ ਵਾਸਤੇ ਅਸੀਂ ਨਾ ਆ ਖਲੋਤੇ ਪੈਰੀ ਵੇਖ ਲਓ ਤੁਹਾਡੇ ਸਾਹਮਣੇ ਹਾਲ ਕੀ ਆ ਆ ਸਾਰਾ ਕੁਝ ਇਹਦੀ ਨਸ ਭੱਜ ਕੇ ਕਰਨ ਦੇ ਆ ਬਿਲਕੁਲ ਜੀ ਦਿਨ ਹੀ ਇਹਨੇ ਰੱਖਿਆ ਕਿ ਅਸੀਂ ਅੱਜ ਹੀ ਸਾਰੇ ਕੰਮ ਨਿਬੇੜੇ ਅਸੀਂ ਕਿਹਾ ਗੱਡੀ ਵੀ ਅੱਜ ਹੀ ਕਰ ਕਰਾ ਜਾਈਏ ਵੈਰੀ ਗੁੱਡ ਵੈਰੀ ਅਸੀਂ ਮਹਿੰਦੀ ਤੇ ਢੋਲ ਵਾਲਿਆਂ ਨੂੰ ਵੀ ਕਹਿ ਕੇ ਆਏ ਆ ਹਾਂਜੀ ਜਿਹੜੇ ਝੁੰਮਰ ਬੜਾ ਸੀ ਉਹਨੂੰ ਵੀ ਕਹਿ ਕੇ ਆਏ ਆ ਨੱਚਣ ਵਾਲੇ ਘੋੜੇ ਆ ਮੁੰਡੇ ਦਾ ਵਿਆਹ ਵਾ ਜੀ ਆਪਣੇ ਭਾਈ ਦਾ ਨਹੀਂ ਨਹੀਂ ਖੁਸ਼ੀ ਮਨਾਉਣੀ ਚਾਹੀਦੀ ਹੈ ਤੁਸੀਂ ਘੋੜੇ ਦੋ ਜ਼ਰੂਰ ਕੀਤੇ ਤੁਸੀਂ ਆਪ ਫਰਾਪ ਆ ਕੇ ਡਾਂਸ ਡੂਸ ਕਰ ਲੈਂਦੇ ਉਹ ਵੀ ਪੈਸੇ ਬਚ ਜਾਂਦੇ ਨਹੀਂ ਉਹ ਘੋੜੇ ਸੋਹਣੇ ਲੱਗਦੇ ਆ ਜੀ ਵਿਆਹਾਂ ਸ਼ਾਦੀਆਂ ਦੇ ਉੱਤੇ ਨਾ ਉਹ ਵੀ ਸੋਹਣੇ ਲੱਗਣੇ ਐ ਕਰਦੇ ਸੋਹਣੇ ਤੁਸੀਂ ਜਿੰਨੇ ਵੀ ਸਿਆਣੇ ਤੁਹਾਡੇ ਲਹਾਦਾ ਜੀ ਇੱਦਾਂ ਵਾ ਕਿ ਦਿਨ ਸਾਡੇ ਕੋਲ ਥੋੜੇ ਆ ਗੱਡੀ ਸਾਡੀ ਕਰੋ ਬੁੱਕ ਦਿਨ ਕਿੰਨੇ ਕੁ ਰੱਖ ਲੈਣੇ ਕਿਸ ਦਿਨ ਸ਼ਾਦੀ ਹੈ ਅਸੀਂ ਜੀ 2027 ਦੇ 12ਵੇਂ ਮਹੀਨੇ ਦੀ 30 ਤਰੀਕ ਰੱਖੀ ਆ ਜੀ ਰਾਤ ਨੂੰ 11 ਵਜ ਕੇ ਤੇ 59 ਮਿੰਟ ਤੇ ਅਸੀਂ ਟੁਕਣਾ ਵਾ ਬੱਲੇ 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 ਹਜੇ ਦਿਨ ਜਲਦੀ ਰੱਖ ਲੈ ਤੂੰ ਹਾਂਜੀ ਸਹੀ ਇਹ 2023 ਚੱਲਣ ਦਿਆ ਨਾ ਦਿਨ ਵਿੱਚ ਕਿਹੜੇ ਰਹਿ ਗਏ ਉਹ ਸਾਲ ਰਹਿਣ ਡੇ ਆ ਤੂੰ ਦਿਨਾਂ ਦੀ ਗੱਲ ਕਰਨੇ ਆ 23 ਜਾਣ ਡੇ ਆ 27 ਤੂੰ ਸ਼ਾਦੀ ਕਰਨੀ ਆ ਤੈਨੂੰ ਕਿਹੜੀ ਐਡੀ ਤੈਨੂੰ ਉਠਾ ਤੇਰੇ ਫੋੜਾ ਉੱਟਿਆ ਜੀ ਵੀ ਮੈਂ 4 ਸਾਲ ਪਹਿਲੇ ਗੱਡੀ ਕਰਿਆ ਵਾ ਜਦੋਂ ਇਹਦੀ ਸ਼ਾਦੀ ਹੋਣੀ ਉਦੋਂ ਪਤਾ ਨਹੀਂ ਤਾਂਗੇ ਦੁਬਾਰਾ ਚੱਲਣ ਆਪਣੇ ਚਿਗਰੀਆਂ ਚੱਲਣ ਆਪਣੀ ਆ ਹਲੇ ਅਸੀਂ ਦਿਨ ਥੋੜੇ ਰੱਖੇ ਉਹ ਦਿਨ ਤੇਰੇ ਥੋੜੇ ਨਹੀਂ ਇਹਨੂੰ ਪਤਾ ਨਹੀਂ ਤੂੰ ਉਸ ਡੇਟ ਤੱਕ ਪਤਾ ਨਹੀਂ ਕਿੱਥੇ ਆਉਣਾ ਆ ਆ ਤੇਰੇ ਜੀ ਦੇ ਸਿਆਣਿਆਂ ਦਾ ਹਿਸਾਬ ਉਹ ਉਸ ਡੇਟ ਤੇ ਮੈਂ ਕਿਹਾ ਪਤਾ ਨਹੀਂ ਕਿਹੜੀ ਡੇਟ ਰੱਖੀ ਖਰਾ ਸਵੇਰੇ ਵਿਆਹ ਨੂੰ ਜਾਣਾ ਹੈ ਭਾਜੀ ਅਜੇ 27 ਜੀ ਵਿਆਹਣ ਜਾਣਾ ਹੈ ਜਿਨ੍ਹਾਂ ਦੇ ਘਰ ਤਾਂ ਨੈਣ ਨਕਸ਼ੀ ਦੀ ਮੇਰੇ ਕੋ ਪਛਾਣੇ ਜਾਣੇ ਬੰਦੇ ਗੱਡੀ ਕਿਹੜੀ ਕਰਵਾ ਗਏ ਉਹ ਭਾਜੀ ਵਿਆਹ ਰੱਖ ਕੇ ਨਾ ਓਏ ਤੁਸੀਂ ਹੁਣ ਜਵਾਨ ਲੱਗਦੇ ਤੁਸੀਂ 27 ਜੀ ਬੁੱਢੇ ਲੱਗਣਾ ਹੈ ਉਹ ਸਾਲ ਲੱਗਣਾ ਵੀ ਮੇਰੀਆਂ ਗੱਡੀਆਂ ਪਿਛਲੀਆਂ ਚੋਰੀ ਹੋਈਆਂ ਤੁਸੀਂ ਲੈ ਗਏ ਤੇ 27 ਦੇ ਵਿੱਚ ਮੂੰਹ ਹੀ ਨੈਣ ਨਕਸ਼ੀ ਬਦਲ ਜਾਣੇ
ਲੈ 27 ਦੇ ਵਿੱਚ 4 ਸਾਲ ਅਜੇ ਰਹਿਣ ਡਏ ਆ ਗੱਡੀ ਬੁੱਕ ਕਰਾਉਣ ਆ ਗਏ ਯਾਰ ਅਸੀਂ ਤੈਨੂੰ ਕਿਹੜੀ ਗੱਲ ਚੋਰ ਲੱਗੇ ਦੇ ਇਹਨੂੰ 4 ਸਾਲ ਪਹਿਲਾਂ ਤੂੰ ਗੱਡੀ ਕਰਾਉਣ ਆ ਗਿਆ ਨਾ ਮੇਰਾ ਕਿ ਦੱਸ ਯਾਰ ਤੂੰ ਨਾ ਜਾਂ ਗੋਸ਼ਤ ਵੀ ਲਿਆ ਕੇ ਰੱਖ ਲੈ 4 ਸਾਲ ਪਹਿਲਾਂ ਹੀ 4 ਸਾਲ ਪਹਿਲਾਂ ਲਿਆ ਗੋਸ਼ਤ ਤੇ ਕਸਾਈ ਨੂੰ ਰੋਟੀਆਂ ਪਕਾ ਕੇ ਵੀ ਪਹਿਲਾਂ ਹੀ ਰੱਖ ਲਈ 4 ਸਾਲ ਅਸੀਂ ਕਸਾਈ ਨੂੰ ਕਹਿਤਾ ਉਹਨੇ ਕਟਾ ਬੰਨ ਦਿੱਤਾ ਵਾ ਉਹ ਕਟਾ ਤੈਨੂੰ ਇਹ ਨਹੀਂ ਪਤਾ ਲੱਗਣ ਡਿਆ ਵੀ 4 ਸਾਲ ਤਾਂ ਰਹਿੰਦੇ ਆ ਜੇ ਉਹ ਭਾਈ ਸਾਲ ਸਾਲ ਕਿੱਥੇ ਦਿਨਾਂ ਵਾਂਗੂ ਸਾਲ ਲੰਘਦੇ ਇੰਜ ਜਾਂਦੇ ਆ ਇੰਜ ਨਹੀਂ ਹੋ ਜਾਂਦੇ ਓਏ 12 ਮਹੀਨੇ ਆ ਇੱਕ ਸਾਲ 'ਚ ਇੰਜ ਜਾਂਦੇ ਆ ਤੁਸੀਂ ਪਤਾ ਨਹੀਂ ਵਿਆਹ ਕਰ ਰਹੇ ਆ ਉਹ ਤੁਸੀਂ ਪਤਾ ਨਹੀਂ ਵਿਆਹ ਕੀਤੇ ਨਹੀਂ ਆ ਆਹੋ ਅਸੀਂ ਆ ਦੜਾ ਕੇ ਲੈ ਕੇ ਆਏ ਆ ਸਾਰੀਆਂ ਜਦੋਂ ਵਿਆਹ ਦੇਖੀ ਆ ਅਲਹਮਦੁਲਿਲਾ ਦੀ ਸ਼ਾਦੀਆਂ ਕਰਾਈਆਂ ਆ ਅੱਗੋਂ ਬੱਚਿਆਂ ਦੀਆਂ ਕੀਤੀਆਂ ਆ ਭੈਣ ਭਰਾਵਾਂ ਦੀਆਂ ਕੀਤੀਆਂ ਉਹ ਭਾਈ ਲੈ ਕੇ ਆ ਦਿਨ ਮਹੀਨੇ ਦੇ ਹੁੰਦੇ 15 ਦਿਨ ਹੁੰਦੇ 20 ਦਿਨ ਹੁੰਦੇ ਆ ਤੂੰ ਕਿੱਡਾ ਘਟਿਆ ਆਦਮੀ ਆ ਤੂੰ 4 ਸਾਲ ਦੇ ਦਿਨ ਲੈ ਕੇ ਆਉਂਦੇ ਆ ਗੱਡੀ ਤੂੰ ਹੁਣ ਕਰਾਉਣ ਦੇ ਆ ਹਲੇ ਅਸੀਂ ਅਜੇ ਘੱਟ ਦਿਨ ਲੈ ਕੇ ਆਏ ਘੱਟ ਲੈਣੇ ਤੂੰ ਕਦੇ ਅੰਦਰ ਹੋ ਜਾਣਾ ਆ ਕਿਤੇ ਬਾਜਾ ਕਿਤੇ ਬਾਜੇ ਵਾਲਾ ਕਰਾ ਤੇਰੇ ਸਿਰ ਦੇ ਵਿੱਚ ਕਿਦਾਂ ਬਾਜੇ ਮਾਰਦੇ ਉਹ ਤੁਸੀਂ ਜਿਹੜੇ ਵਿਆਹ ਵੀ ਉਹ ਕੀਤੇ ਉੱਤੇ ਕਿਹੜਾ ਕੋਈ ਦਿੱਤਾ ਲਿਆ ਵਾ ਸਾਡੇ ਤੇ ਰਸਮਾਂ ਹੀ ਬਹੁਤ ਆ ਕੀ ਰਸਮਾਂ ਆ ਲੈ ਅਸੀਂ ਜਦੋਂ ਜਾਣਾ ਰਸਮ ਦਾ ਉੱਥੇ ਜਿਹੜੀ ਦੁੱਧ ਪਿਆਈ ਦੀ ਰਸਮਾਂ ਚੁੰਨੀ ਤਾਣੀ ਦੀ ਰਸਮਾਂ ਚੰਗੇ ਭਲੇ ਪੈ ਗਏ ਦੇਣੇ ਮੈਂ ਕੀ ਇੱਥੇ 2 ਕਿਲੋ ਦੁੱਧ ਲੈ ਕੇ ਪੀ ਲਾ ਤੂੰ ਐਵੇਂ ਚੁੰਨੀਆਂ ਤਾਣਾ ਟੀਆਂ ਹੁਣ ਪੁੰਨ ਆਇਆ ਜੀ ਸ਼ਗਨ ਮਨਾਓ ਇੱਥੇ 2 ਕਿਲੋ ਦੁੱਧ ਲੈ ਕੇ ਤੂੰ ਮੂੰਹ ਲਾਓ ਪੀ ਕੇ ਘਰ ਨੂੰ ਜਾਓ ਜੁੱਤੀ ਲਕੋਣੀ ਦਸੀ ਨਹੀਂ ਜੁੱਤੀ ਲਕੋਣ ਕੀ ਹੋਣਾ ਸੀ ਹੁਣੀ ਇਹ ਤਾਂ ਲਕੋਈ ਆ ਉਹਨਾਂ ਅਸੀਂ ਆਪਣੇ ਵੀਰ ਨੇ ਜਦੋਂ ਹਾਰ ਪਾਉਣੇ ਆ ਸਿਹਰੇ ਪਾਉਣੇ ਆ ਜਿਹੜਾ ਕੁੱਕੜ ਵਾਰਨਾ ਉਹ ਵੀ ਘਰ ਲੈ ਕੇ ਲੈ ਕੁੱਕੜ ਵਾਰਨਾ ਉਹ ਵੀ ਤੂੰ ਨਾਨੇ ਨੂੰ ਦੇ ਦੇਣਾ ਹੈ ਸਦਕਾ ਵੀ ਤੁਸੀਂ ਘਰ 'ਚ ਰੱਖ ਲੈਂਦੇ ਯਾਰ ਤੈਨੂੰ ਕਿਹੜੀ ਗੱਲ ਦਾ ਗੁੱਸਾ ਕਿਹੜੀ ਗੱਲ ਅਸੀਂ ਭਾਈ ਪੈਸੇ ਦੇਣੇ ਆ ਪੈਸੇ ਦੇਣੇ 4 ਸਾਲ ਪਹਿਲਾਂ ਦੇ ਪੈਸੇ ਦੇਣੇ ਲੈ ਪੈਸੇ ਦੇ ਗੱਡੀ ਜਿਹੜੀ ਹੈ ਨਾ ਇੱਥੇ ਖਲੋਤੀ ਰਵੇ ਉਹ ਕਿਤੇ ਜਾਵੇ ਨਾ ਉਹਨਾਂ ਨੇ ਰੈਂਟ ਤੇ ਭੇਜਣਾ ਜਾਣਾ ਕਿਤੇ ਕਿਹੜੀ ਜਗ੍ਹਾ ਤੇ ਭਾਜੀ ਜਿਹਨਾਂ ਦੇ ਸਿਰ ਪਈ ਹੁੰਦੀ ਆ ਉਹਨਾਂ ਨੂੰ ਪਤਾ ਹੁੰਦਾ ਉਹ ਸਿਰ ਪਈ ਹੁੰਦੀ ਸਿਰ ਚੰਗੀ ਪਵੇ ਆ ਕਿਹੜੀ 27 ਚ ਵਿਆਹ ਕਰਨਾ ਤੋਂ ਜੇ 4 ਸਾਲ ਰਹਿਣ ਡੇ ਅਸੀਂ 11 ਵਜੇ ਕੇ ਤੇ 59 ਮਿੰਟ ਤੇ ਟੁਕਣਾ 1 ਮਿੰਟ ਲੇਟ ਹੋਏ ਤੇ 2028 ਕੀ ਹੋ ਜਾਣਾ ਹਾਂਜੀ ਅਸੀਂ ਟਾਈਮ ਤੇ ਬੜੇ ਪਾਬੰਦ ਆ ਉਹਨਾਂ ਨੇ ਕਿਹਾ ਜੇ ਤਾਂ ਯਾਰ ਵੈਸੀ ਵੈਰੀ ਵੈਰੀ ਗੁੰਡਾ ਉਹਨਾਂ ਨੇ ਕਿਹਾ ਜੇ 2028 ਸ਼ੁਰੂ ਹੋ ਗਿਆ ਤੇ ਉਹਦੇ 12ਵੇਂ ਮਹੀਨੇ ਫਿਰ 11:58 ਤੇ ਟੁਕਣਾ ਫਿਰ ਅਸੀਂ ਤੇ ਸਾਲ ਦੇ ਫੇਰ ਪੈ ਜਾਣੇ ਤੇ ਗੱਡੀ ਲਿਜਾਣੀ ਕਿੱਥੇ ਆ ਗੱਡੀ ਜਿਹੜੀ ਸਾਡੀ ਗਲੀ ਆ ਨਾ ਜੀ ਉਹਨੂੰ ਮੁੜਦਿਆਂ ਸਾਰੀ ਚੌਥਾ ਘਰ ਤੇ ਗੱਡੀ ਦੀ ਫੋਟੋ ਲੈ ਜਾ ਬਾਹਰ ਲਾ ਲਾ ਤੂੰ ਗੱਡੀ ਜੋ ਉੱਥੇ ਲੈ ਕੇ ਜਾਣੀ ਆ ਹੈ ਤੇ ਕੋ ਮੈਂ ਪੈਸੇ ਕੀ ਲਵਾਂ ਕਾਹਦੇ ਤੇ ਕੋ ਪੈਸੇ ਲਵਾਂ ਮੈਂ ਐਡਵਾਂਸ ਲਵੋ ਤੁਸੀਂ ਐਡਵਾਂਸ ਲਵਾਂ ਕਦੇ ਪੈਸੇ ਕੱਢ ਆ ਲਿਖੋ ਤੁਸੀਂ ਲਿਖੋ ਕਿੰਨੇ ਐਡਵਾਂਸ ਕਿੰਨੇ ਲੈਣੇ ਆ ਲੈ 20,000 ਰੁਪਏ ਐਡਵਾਂਸ ਦੇ ਲੈ 20,000 ਰੁਪਏ ਕਾਹਦਾ 20,000 ਮੇਰੇ ਵਾਲਾ ਤੁਸੀਂ ਵੱਡਾ ਚੱਕਰ ਲਾਇਆ ਜੀ ਲਾਹੌਰੋਂ ਫਿਰੇ ਆਈ 20,000 ਕੋਈ ਮੈਂ ਗੱਡੀ ਹੁਣ ਦਰਵਾਜ਼ੇ ਅੱਗੇ ਖਲਾੜ ਚੋ ਕਿ ਕੀ ਕਰਾਇਆ ਤੈਨੂੰ ਦੱਸਾਂ ਯਾਰ ਰੁਪਈਆ 350 ਅਸੀਂ ਦੇਣਾ ਤੁਹਾਨੂੰ ਇੱਕ ਗਲੀ ਦਾ ਵਾਇਆ ਵਾ ਕੋਈ ਜਾਇਜ਼ ਕਰੀਦੀ ਹੁੰਦੀ ਹੈ ਚੁੱਪ ਕਰਕੇ ਲੋਡਰ ਰੱਖਿਆ ਆ ਜਿਵੇਂ ਬੋਰੇ ਲੱਦੀ ਦੇ ਨੇ ਇਦਾਂ ਆਪਣਾ ਭਰਾ ਲਾ ਦੇ ਕੇ ਲੈ ਜਾ ਠੀਕ ਹੈ ਇਹਨੂੰ ਵਿਆਹ ਕੇ ਚੁੱਪ ਕਰਕੇ ਲੈ ਹਾਲਾਂ ਕਿ ਇਹਦੀ ਮੂੰਹ ਜ਼ਿਆਦਾ ਨਿਕਲੇ ਆ ਪੈਸੇ ਚੱਲ 400 ਕਰ ਲੈ ਹੁਣ ਲਿਖ ਭਾਈ ਸਾਡੀ ਗੱਡੀ ਗੱਡੀ ਇੱਥੇ ਖਲੋਤੀ ਰਵੇ ਗੱਡੀ ਕਿਤੇ ਜਾਵੇ ਨਾ ਉਹ ਗੱਡੀ ਉਹ ਲੈ ਲੈਣ ਦੀ ਖਰੀਦਣੀ ਆ ਜਾਂ ਵੱਡੀ ਲੈਣੀ ਆ ਯਾਰ ਭਾਈ ਅਸੀਂ ਰੈਂਟ ਤੇ ਲੈਣੀ ਆ ਅਸੀਂ ਕਿਹੜਾ ਮੁੱਲ ਲੈਣੀ ਉਹ ਰੈਂਟ ਲਈ ਤੇ ਲੈਣੀ ਆ ਰੈਂਟ ਕਿਹੜਾ 400 ਰੁਪਇਆ ਹੁੰਦਾ ਹੈ ਤੇ ਇੱਕ ਗਲੀ ਦਾ ਵਾਇਆ ਵਾ ਕਿੰਨਾ ਗਲੀ ਤੇ ਤੂੰ ਗਲੀ ਦੇ ਗਲੀ ਚ ਰਹਿ ਤੈਨੂੰ ਆਉਣ ਦੀ ਕਿਹੜੀ ਜ਼ਰੂਰਤ ਆ ਕਿੰਨਾ ਕੁ ਤੇਲ ਲੱਗ ਜਾਣਾ ਯਾਰ ਤੇਲ ਚ ਲੱਗਣਾ ਹੀ ਨਹੀਂ ਗੱਲ ਕਰਦੇ ਹੋ ਤੇਰੇ ਵਿਆਹ ਕਰਨ ਤੇ ਕਿੰਨਾ ਤੁਸੀਂ ਕਿਰਾਇਆ ਕਹਿੰਦੇ ਹੋ ਪਹਿਲਾਂ ਸਫ਼ਰ ਤਾਂ ਦੇ ਮੈਨੂੰ ਕਿੱਥੋਂ ਮੈਂ ਗੱਡੀ ਨੂੰ ਭੇਜਾਂ ਤੈਨੂੰ ਭੇਜਣਾ ਕੀ ਹੈ ਇਸਰਾ ਘਰ ਆ ਤੇਰੇ ਗੱਡੀ ਤੂੰ ਕਰਾਉਣ ਡਿਆ ਆ ਆ ਤੁਹਾਡਾ ਨਾਲ ਦਾ ਮੱਲਾ ਨਹੀਂ ਗੁਲਸ਼ਨ ਪਾਰਕ ਇਹਦੀ 2 ਨੰਬਰ ਗਲੀ ਚ ਰਹਿੰਦੇ ਤੇ 2 ਨੰਬਰ ਗਲੀ ਤੇ ਗੱਡੀ ਕਾਹਦੇ ਕਰਾਉਣੀ ਆ ਕਿਹੜੀਆਂ ਲਾਸ਼ਾਂ ਲਿਜਾਉਣੀਆਂ ਘਰੋਂ ਤੂੰ ਤੇਰੇ ਛੱਤਾਂ ਡਿੱਗ ਪਣੀਆਂ ਤੇ ਵਿਆਹਾਂ ਤੇ ਗੱਡੀ ਕਰਾਈ ਦੀ ਨਹੀਂ ਤੇ ਵਿਆਹ ਤੇ ਗੱਡੀ ਦੇ ਨਾਲ ਦੇ ਘਰ ਨਹੀਂ ਕਰਾਈ ਦੀ ਹੁੰਦੀ ਐ ਵੀ ਨਹੀਂ ਕਰਾਈ ਦੀ ਮੈਂ ਤੇ ਜਾਨੀਆਂ ਵਾਸਤੇ ਬੱਸ ਵੀ ਕਰਾਈ ਹਾਂ ਬੱਸ ਕਰਾਈ ਆ ਤੂੰ ਮੇਲਾ ਰੱਖਿਆ ਨਾਲ ਪੀਰਾਂ ਮੈਂ ਪਰੌਣੇ ਤੋੜ ਕੇ ਲੈ ਕੇ ਜਾਵਾਂ ਭਾਈ ਓਏ ਉਹਨਾਂ ਦਾ ਜਨਾਜ਼ੇ ਨਾਲ ਜਾਣਾ ਦਰਬਾਰ ਦੀ ਚੱਦਰ ਨਾਲ ਜਾਣਾ ਉਹਨਾਂ ਨੇ ਭਾਈ ਖੁਸ਼ੀਆਂ ਦਾ ਤੋੜ ਕੇ ਕਾਹਦੇ ਲਈ ਜਾਣੇ ਆ ਇਹੋ ਜਿਹੀਆਂ ਜਨਾਜ਼ੇ ਨਾਲ ਮੇਰਾ 100 ਸੁੱਖਾਂ ਦਾ ਭਰਾ ਵਾ ਕੋਈ ਅੱਲਾ ਦਾ ਰਹਿਮ ਕਰ ਮਰਨ ਦੇ ਅਦੇ ਭਰਾ ਨੂੰ ਜਿਹੜਾ 4 ਸਾਲ ਪਹਿਲਾਂ ਹੀ ਆ ਕੇ ਬੁਕਿੰਗ ਕਰਾਉਣ ਡਿਆ ਅਦੇ 100 ਰੁਪਏ ਐਡਵਾਂਸ 100 ਰੁਪਏ ਅਗਰ ਰੋਂਦਾ ਮੈਂ ਮੈਂ ਲਿਟਣ ਡਿਆ ਆ ਮੈਨੂੰ ਪੈਸੇ ਦਿਓ ਮੇਰਾ ਮਾਮੂ ਆਇਆ ਹੈ ਤੇ ਗੱਡੀ ਕਿਸੇ ਦੀ ਗੱਡੀ ਤੈਨੂੰ ਐਂਬੂਲੈਂਸ ਦੇਣੀ ਆ ਪੁੱਤ ਓਏ ਤੇਰੇ ਨੱਕ 'ਚ ਮੂੰਹ ਦੇ ਕੇ ਤੈਨੂੰ ਉੱਥੋਂ ਲੈ ਕੇ ਆਉਣਾ ਆ ਤੇਰੇ ਜਿਹੜੇ ਘਰ ਦੇ ਦੂਸਰੇ ਉਹਨਾਂ ਨੂੰ 1122 ਮੰਗਵਾ ਕੇ ਦੇਣੀ ਕਿਉਂਕਿ ਜ਼ਖਮੀ ਹੋਣੇ ਆ ਸਾਰੇ ਉਹ ਗੱਡੀ ਦਾ ਸਾਨੂੰ ਨੰਬਰ ਦੱਸ ਦੇ ਨੰਬਰ ਕੀ ਆ 1122 ਮਲਾ ਹੋਣੀ ਆ ਜਾਂਦੀ ਆ ਇਹਨੂੰ ਪਾ ਕੇ ਲੈ ਜਾ ਉੱਥੇ ਆਪਣੇ ਦਿਮਾਗ ਦਾ ਵੀ ਕਰਵਾ ਆਪਰੇਸ਼ਨ ਉਹਦਾ ਵੀ ਕਿਤੇ ਕਰਵਾ ਭਾਈ ਉਹ ਵਿਆਹ ਆ ਗਿਆ ਜੀ ਇਹਨਾਂ ਨੂੰ ਜਿਹੜੀ ਸਾਨੂੰ ਗੱਡੀ ਦੇਣੀ ਉਹਦਾ ਨੰਬਰ ਦੱਸ ਕੀ ਆ ਜਿਹੜੀ ਸਾਨੂੰ ਗੱਡੀ ਦੇਣੀ ਉਹਦਾ ਨੰਬਰ ਦੱਸ ਲਿਖੋ ਲਾਓ
टोकरी फुलां दी तिन्ना जा अगले बोनट ते छत ते पिछे डिगी ते टोकरी बोनट दी ते तुसी पूरा गुलाब ओदे आले दुआले फेरना वा। मर्जी कर ला जाओ करवा ला तेन जाना तो पैना ही हजे का चार साल पहला व्याह कराउन हजे रेंदे आ शादी हुई आ 15 साल रखे तेरी अग खुल गई होनी एवं अग खुल गई होनी 15 साल सानू पता ही नहीं लगा 15 साल डेट तो सही रख विआह दी चार साल रह तू पहले खज्जल होण आ गया डेट सही रख मैं अपने ताए नूं मनाउण गया मैं कहा ताया साडा प्यो सिर ते नहीं तू साडा प्यो तू साडे घर वाला विआह ते ओ कहिंदा तुसीं जिन्नी छेती ते दिन रखे आ मेरी जुत्ती आउंदी आ करां वरगे घर आया जाणा मेरे को ए गल रोण वाली है ताया साडा नहीं आ गल रोण वाली है जिन्ना सुन गया ओ कहिंदा तुसीं दिन बड़ी छेती ताया ताया भी कुछ नहीं तू भी कुछ नहीं हो भाई किसी ने रोणा पा साडी दुकान ते रुपया एक नहीं हजे वटे तू रोण लग पिया है साडी दादी कहिंदी वी तैनू काहदियां कालियां पै गईयां ब्याह दियां मुंडे नूं भोरा वध फुल लैण देणा सी ओया मुंडा ते गेट नहीं लंघिया हैगा ओदा सिर वज्जिया ओदे विच एडा लम्मा मुंडा आया पीर मलदा गन्ना लगन डे मुंडा मुंडा ले फिर बूहे कद का इस मुंडे का तुम यह ना मनो भी ते बूहे नीवे आवे बैठा मेरे जल्द खलो के गल कर अजे तू यह कही जान डे ना लाई तेरी मेहरबानी नजर की लगनी है खालू नु मना रहे हैं मॉडल गड्डी दा लो जी बयान मैं को तेनू शेर सुनाया मेरे तू 100 देन दे 50 दे रोंदा आ मैं ਬਾਰ ਕਰਨ ਦੇ ਮੰਗਲ ਵੀ ਨਾ ਕਰ ਬੁੱਧ ਵੀ ਨਾ ਕਰ ਇਕੱਠਾ ਮੇਰੇ ਕੋ ਮਹੀਨਾ ਨੀ ਖਤਮ ਹੋਣਾ ਲੈਣੇ ਕਿੰਨੇ ਪੈਸੇ 600 ਕਰ ਦਈਏ 25,000 ਰੁਪਇਆ ਦੇਣਾ ਆ ਗੱਡੀ ਵੱਡੀ ਆ ਉਹ 25,000 ਰੁਪਇਆ 25,000 ਦੀ ਅਸੀਂ ਆਪਣੀ ਗੱਡੀ ਲੈ ਲੈਣੀ 25,000 ਰੁਪਇਆ ਹੁਣ 750 ਦਾ ਵਿਆਹ ਰੱਖਿਆ ਆ ਲੈ ਅੱਜ ਤਾਂ 100 ਦੇਣੇ ਆ ਕਿਸੇ ਨੂੰ 50 ਦੇਣੇ 750 ਦਾ ਵਿਆਹ ਹੋ ਜਾਣਾ ਤੇਰਾ ਉਹ ਭਾਈ ਤੇਰਾ ਇੱਕ ਗਲੀ ਦਾ ਵਾਇਆ ਬਾਕੀ ਵਿਆਹ ਦੇ ਖਰਚੇ ਉਦਾਂ ਹੀ ਆ ਬਾਕੀਆਂ ਜੀ ਬੜੀਆਂ ਤੂੰ 2 ਕਿਲੋਮੀਟਰ ਤੋਂ ਬਾਹਰ ਲਾਈਟਾਂ ਲਾਉਣੀਆਂ ਸ਼ੁਰੂ ਕਰਤੀ 600 ਰੁਪਇਆ ਦਿੰਦੇ ਹੁੰਦੇ ਭਾਈ ਗੱਡੀ ਤੂੰ ਉਹ 600 ਰੁਪਇਆ ਬਚਿਆ ਸਾਈਕਲ ਲੈ ਕੇ ਚੱਲਣਾ ਤੂੰ ਗੱਡੀ ਆ ਉਹ ਅਸੀਂ ਮਹਿੰਗੀ ਗੱਡੀ ਕਰਵਾ ਰਹੇ ਆ ਤੂੰ ਸਸਤੀ ਲੈ ਦਿੰਦੇ ਆ ਉੱਥੇ ਝੰਗ ਬਾਜ਼ਾਰ ਜਾ ਉੱਥੇ 200 ਰੁਪਏ ਦੀ ਰੇਹਣ ਵਾਲੀ ਗੱਡੀ ਕਹਿ ਮੁਲਤਾਨ ਜਾਣਾ ਇੰਜ ਕਰਕੇ ਉਹ ਜਾਣੀ ਆ ਮੁਲਤਾਨ ਡਰਾਈਵਰ ਤੁਸੀਂ ਨਾਲ ਆਇਓ ਵਿਆਹ ਤੇ ਰੋਟੀ ਚੰਗੀ ਪੱਕਣੀ ਆ ਉੱਥੇ ਰੋਟੀ ਖਾਇਓ ਮੈਨੂੰ ਪਤਾ ਆ ਜੀ ਹਜੇ ਮੈਨੂੰ ਐਡਵਾਂਸ ਮਿਲ ਰਿਹਾ ਇਹੋ ਜੀ ਰੋਟੀ ਮਿਲਣੀ ਆ मिठाई रख लो तुसी डब्बा मेनू दे दियो नहीं नहीं मिठाई देवांगे तुहानू लगदा मिठाई देनी असी डब्बा जी सानू चा वा साडे वीर दे विआह दा ए चा आ घर ही ला जाके मेरा वीर ਉਹ ਗੱਡੀ ਬੁੱਕ ਕਰ ਲਓ ਤੁਹਾਡੇ ਵੱਲ ਐਡਵਾਂਸ ਆ ਗਿਆ ਵਾ ਉਹ ਭਾਈ ਮੇਰੇ ਵੀਰੋ
ਗੱਡੀ ਨਹੀਂ ਹੈਗੀ ਸਾਨੂੰ ਇਹਦੀ ਚਿੱਟ ਬਣਾ ਕੇ ਦੇ ਦੀ ਕਿਉਂ ਚਿੱਟ ਕੀ ਤਿੰਨ ਚਾਵਾਂ ਦਾ ਕਹਿਣਾ ਤੂੰ ਬਾਹਰ ਜਾ ਕੇ ਗੱਡੀ ਚਾਵਾਂ ਵਾਲੇ ਨੂੰ ਦੇਣੀ ਤੈਨੂੰ ਚਿੱਟ ਬਣਾ ਕੇ ਦਵਾਂ ਮੈਂ ਐਡਾ ਆ ਫੜੋ ਭਾਈ ਤੈਨੂੰ ਦੇਤਾ ਵਾ ਓਏ ਤੇ ਗੱਡੀ ਹੁਣ ਕਿਤੇ ਚੱਲੇ ਨਾ ਇੱਥੇ ਖਲੋਤੀ ਰਵੇ 4 ਸਾਲ ਆ ਫੜ 100 ਰੁਪਈਆ ਤੇ ਬਾਹਰ ਨਿਕਲੇ ਤੂੰ ਚੱਲ ਲੈ ਬਾਹਰ ਨਿਕਲ ਤੈਨੂੰ ਮੈਂ ਕਹਿੰਦਾ ਬਾਹਰ ਨਿਕਲ ਦੇ डाकू ने कहना कंजरा नू फड़ के ले 100 रुपया जेब दे 4 साल का टाइम शादी का कुड़ी भवां अग दो ब्याह बारो करवा के आज मैं लख लानत आ भी तेरे ब्याह रखण ते ਤੇ ਮੂੰਹ।